ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਤੇ ਚਰਚਾ ਦੀ ਇਸ ਪਹਿਲੀ ਕੜੀ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਅਸੀਂ ਸਾਰੇ ਜਗਤ ਨੂੰ ਕਿੰਨਾ ਕੁ ਦੱਸ ਸਕੇ ਹਾਂ, ਉਹਨਾਂ ਦੀ ਵਿਰਾਸਤ ਨੂੰ ਕਿੰਨਾ ਸਾਂਭ ਸਕੇ ਹਾਂ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਕਿੰਨਾ ਪ੍ਰਚਾਰ ਸਕੇ ਹਾਂ। ਗੁਰੂ ਮਹਾਰਾਜ ਨੇ ਬਹੁਤ ਹੀ ਸੀਮਿਤ ਸਾਧਨਾਂ ਦੇ ਬਾਵਜੂਦ, ਜਦ ਨਾ ਤਾਂ ਟਰਾਂਸਪੋਰਟ ਦੇ ਸਾਧਨ ਸਨ ਅਤੇ ਨਾ ਹੀ ਸੰਚਾਰ ਦੇ, ਨਾ ਹੀ ਮੋਟਰ ਗੱਡੀਆਂ ਹਵਾਈ ਜਹਾਜ਼ ਸਨ ਅਤੇ ਨਾ ਹੀ ਰੇਡੀਓ, ਟੀਵੀ, ਇੰਟਰਨੈਟ ਜਾਂ ਵਟਸਐਪ। ਉਸ ਮਹਾਂਪੁਰਸ਼ ਨੇ ਇਕੱਲੇ ਹੀ ਨਾ ਸਿਰਫ ਅਕਾਲ ਦੇ ਸੰਦੇਸ਼ ਨੂੰ ਦੇਸ਼ ਦੀਆਂ ਸੀਮਾਵਾਂ ਤੋਂ ਵੀ ਕਿਤੇ ਅੱਗੇ, ਮਹਾਂਦੀਪਾਂ ਤੋਂ ਵੀ ਪਾਰ ਪਹੁੰਚਾਇਆ, ਵੱਖ ਵੱਖ ਧਰਮਾਂ ਵਿਚਾਰਾਂ ਦੇ ਮੁਖੀਆਂ ਨੂੰ ਮਿਲੇ, ਗੋਸ਼ਟੀਆਂ ਕੀਤੀਆਂ, ਨਾ ਸਿਰਫ ਉਹਨਾਂ ਦੀ ਗੱਲ ਸੁਣੀ ਅਤੇ ਆਪਣੀ ਗੱਲ ਸੁਣਾਈ, ਬਲਕਿ ਅਗਲੇ ਨੂੰ ਉਸਦੀ ਸੋਚ ਦੀਆਂ ਸੀਮਾਵਾਂ ਦੀ ਅਸਲੀਅਤ ਵੀ ਵਿਖਾਈ। ਉਸਦੀ ਸੋਚ ਕਿੱਥੇ ਅਟਕੀ ਹੋਈ ਹੈ ਇਸਦਾ ਅਹਿਸਾਸ ਕਰਵਾ ਕੇ ਅਗਲੇ ਨੂੰ ਸੱਚ ਦਾ ਚਾਨਣ ਵਿਖਾਇਆ, ਮਸਲੇ ਦਾ ਹੱਲ ਦੱਸਿਆ, ਸਹੀ ਰਾਹ ਪਾਇਆ। ਪਰ ਅਸਾਂ ਕੀ ਕੀਤਾ? ਆਓ ਮਾਰਦੇ ਹਾਂ ਇੱਕ ਨਜ਼ਰ। ਨਾ ਵਿਰਸਾ ਸਾਂਭਿਆ ਤੇ ਨਾ ਹੀ ਵਿਰਾਸਤ। ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ, ਜਿੱਥੇ ਜਿੱਥੇ ਵੀ ਬਾਬੇ ਨੇ ਪੈਰ ਧਰੇ, ਧਰਮਸ਼ਾਲਾਵਾਂ ਸਥਾਪਿਤ ਕੀਤੀਆਂ, ਪੂਜਾ ਆਸਣ ਥਾਪਣ ਅਰੰਭਿਆ, ਪਰ ਅਸੀਂ ਉਹਨਾਂ ਨੂੰ ਵੀ ਸੰਭਾਲ ਨਹੀਂ ਸਕੇ। ਸਿਰਫ ਰੂਸ, ਚੀਨ, ਯੂਰਪ, ਅਫਰੀਕਾ ਅਤੇ ਅਰਬ ਮੁਲਕਾਂ ਵਿੱਚ ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਪੈਰੋਕਾਰ ਹੀ ਸਾਡੇ ਨਕਸ਼ੇ ਤੋਂ, ਸਾਡੀ ਜ਼ਹਿਨੀਅਤ ਤੋਂ ਗਾਇਬ ਨਹੀਂ ਹੋਏ, ਬਲਕਿ ਭਾਰਤ ਵਿੱਚ ਵੀ ਗੁਰੂ ਸਾਹਿਬਾਨਾਂ ਦੀਆਂ ਚਰਨ ਛੂਹਾਂ ਸਾਡੀ ਸੰਭਾਲ ਤੋਂ ਅਵੇਸਲੀਆਂ ਹੋ ਕੇ, ਜਾਂ ਫਿਰ ਕਾਰ ਸੇਵਾ ਵਾਲੇ ਬਾਬਿਆਂ ਦੇ ਬੇਰਹਿਮ ਹਥੌੜਿਆਂ ਦੀ ਮਾਰ ਅੱਗੇ ਦਮ ਤੋੜ ਗਈਆਂ। ਤਮਾਮ ਨਾਨਕ ਪੰਥੀ, ਉਦਾਸੀ, ਸਿਕਲਿੰਗਰ, ਵਣਜਾਰੇ ਸਿੱਖ ਅੱਜ ਸਾਡੀ ਹੀ ਉਦਾਸੀਨਤਾ ਕਰਕੇ ਨਦੀਆਂ ਵਾਹ ਵਿਛਨੀਆਂ ਵਾਂਗੂ ਸੁੱਕਦੇ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਤਾਂ ਆਪਣੇ ਜੀਵਨ ਵਿੱਚ ਹੀ ਸਭ ਨੂੰ ਦੱਸ ਆਏ ਕਿ ਕੌਣ ਹੈ ਗੁਰੂ ਨਾਨਕ ਅਤੇ ਕੀ ਹੈ ਸਿੱਖੀ, ਪਰ ਅਸੀਂ ਸਮੁੱਚੇ ਸੰਸਾਰ ਨੂੰ ਇਹ ਜਾਣਕਾਰੀ ਨਹੀਂ ਦੇ ਸਕੇ ਕਿ ਗੁਰੂ ਨਾਨਕ ਦੇਵ ਜੀ ਜਿਹਾ ਵੀ ਕੋਈ ਮਹਾਂਪੁਰਖ ਜਨਮਿਆ ਹੈ, ਜਿਸ ਦਾ ਜਨਮ ਅਜਿਹਾ ਅਦੁੱਤੀ ਪ੍ਰਕਾਸ਼ ਸੀ ਕਿ ਉਹ ਜਿੱਥੋਂ ਵੀ ਲੰਘਿਆ ਹਨੇਰਾ ਦੂਰ ਕਰਦਾ ਗਿਆ, ਜੋ ਵੀ ਉਸਦੇ ਨਜ਼ਦੀਕ ਆਇਆ ਉਸਦਾ ਅੰਦਰਲਾ ਰੌਸ਼ਨ ਹੁੰਦਾ ਗਿਆ। ਅਸੀਂ ਇਹ ਵੀ ਸਪਸ਼ਟ ਨਹੀਂ ਕਰ ਸਕੇ ਕਿ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਿੱਖ ਕਿਸੇ ਇੱਕ ਫਿਰਕੇ ਦੇ ਨਹੀਂ, ਸਭ ਦੇ ਹਨ, ਸਮੁੱਚੇ ਸੰਸਾਰ ਦੇ ਹਨ। ਸਿੱਖ ਗੁਰੂ ਨਾਨਕ ਦੇਵ ਜੀ ਦੇ ਚਲਾਏ ਉਸ ਨਿਰਮਲ ਪੰਥ ਦੇ ਪਾਂਧੀ ਹਨ, ਜੋ ਨਾ ਹਿੰਦੂ ਹਨ ਅਤੇ ਨਾ ਹੀ ਮੁਸਲਮਾਨ, ਉਹ ਤਾਂ ਧਰਮ, ਜਾਤ, ਦੇਸ਼ ਦੀ ਵੰਡ ਤੋਂ ਉੱਪਰ ਹਨ, ਹਰ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਹਨ, ਉਹ ਸਭ ਦੇ ਹਨ ਅਤੇ ਸਾਰੇ ਹੀ ਉਹਨਾਂ ਦੇ ਹਨ। ਇਨਸਾਨੀਅਤ ਇਹਨਾਂ ਦੀ ਨੀਂਹ ਹੈ ਅਤੇ ਮਨੁੱਖੀ ਬਰਾਬਰਤਾਈ ਇਹਨਾਂ ਦਾ ਕਿਲਾ, ਸੋਚ ਹੈ ਇਹਨਾਂ ਦੀ ਕੌਮਾਂਤਰੀ, ਦਾਇਰਾ ਹੈ ਸਮੁੱਚੀ ਕਾਇਨਾਤ ਦਾ ਅਤੇ ਟੀਚਾ ਹੈ ਸਰਬੱਤ ਦੇ ਭਲੇ ਦਾ। ਇਹਨਾਂ ਦਾ ਸਭ ਕੁਝ ਸਮਰਪਿਤ ਹੈ ਮਨੁੱਖਤਾ ਨੂੰ, ਮਨੁੱਖਤਾ ਲਈ, ਇਹਨਾਂ ਦੀ ਬੰਦਗੀ ਵੀ, ਇਹਨਾਂ ਦੀ ਕਿਰਤ ਵੀ ਅਤੇ ਇਹਨਾਂ ਦੀ ਵੰਡ ਵੀ। ਅੱਜ ਵੀ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਕੌਣ ਹਨ ਸਿੱਖ। ਇਨਫੋਰਮੇਸ਼ਨ ਅਤੇ ਜਾਗਰੂਕਤਾ ਦੇ ਇਸ ਦੌਰ ਵਿੱਚ ਵੀ ਅੱਜ ਵੀ ਬਹੁਤੇ ਦੇਸ਼ਾਂ ਵਿੱਚ, ਅਮਰੀਕਾ ਵਰਗੇ ਮੁਲਕਾਂ ਵਿੱਚ ਵੀ ਸਿੱਖਾਂ ਦੀ ਪਛਾਣ ਮਸਲਾ ਬਣੀ ਹੋਈ ਹੈ। ਦੁਨੀਆ ਉਹਨਾਂ ਨੂੰ ਇਸਲਾਮ ਨਾਲ ਜੋੜ ਦਿੰਦੀ ਹੈ, ਪਰ ਇਹ ਨਹੀਂ ਜਾਣਦੀ ਕਿ ਸਿੱਖ ਵੀ ਕੋਈ ਕੌਮ ਹੈ। ਉਹਨਾਂ ਨੂੰ ਨਹੀਂ ਪਤਾ ਕਿ ਸਾਰੇ ਪੱਗਾਂ ਬੰਨਣ ਵਾਲੇ ਲਾਦੇਨ ਨਹੀਂ ਹੁੰਦੇ। ਹਕੀਕਤ ਇਹ ਹੈ ਕਿ ਆਈਡੈਂਟੀ ਕ੍ਰਾਈਸਿਸ ਸਿੱਖਾਂ ਦੀ ਮੌਜੂਦਾ ਇੰਟਰਨੈਸ਼ਨਲ ਕੌਮਾਂਤਰੀ ਸਮੱਸਿਆ ਹੈ। ਇਹ ਹੈ ਸਾਡੇ ਪ੍ਰਚਾਰ ਦਾ ਆਲਮ। ਇਸ ਲਈ ਜ਼ਰੂਰਤ ਹੈ ਸੰਗਤ ਦੇ ਦਸਵੰਧ ਨੂੰ
ਕੌਮ ਦੇ ਅਨਮੋਲ ਵਿਰਸੇ ਦੀ ਸਹੀ ਸੰਭਾਲ ਲਈ ਇਸਤੇਮਾਲ ਕਰਨ ਦੇ ਪੁਰਜ਼ੋਰ ਉਪਰਾਲੇ ਕਰਨ ਦੀ, ਤਦ ਹੀ ਸਾਡਾ ਗੁਰਪੁਰਬ ਮਨਾਉਣਾ ਸਫਲਾ ਹੋ ਸਕੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।